ਜੀ ਹਰਦੀਪਪੁਰੀ ਜੀ ਨਾਲ ਮੁਲਾਕਾਤ ਹੋਈ ਹੈ ਕੀ ਮਕਸਦ ਰਿਹਾ ਮਿਲਣ ਦਾ ਅਸੀਂ ਅਕਤੂਬਰ ਵਿੱਚ ਜਿਹੜੀ ਸਰਕਾਰ ਦੀ ਕਮੇਟੀ ਬਣੀ ਸੀਗੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਵੀ ਹੈਗੇ ਨੇ ਮਨਮੋਹਨ ਸਿੰਘ ਜੀ ਵੀ ਸਦੱਸਿਆ ਹੈਗੇ ਨੇ ਬਾਕੀ 5 ਮੈਂਬਰ ਹੋਰ ਹੈਗੇ ਨੇ ਉਹ ਸਮਿਤੀ ਨੇ ਤੈਅ ਕਰਨਾ ਸੀ ਕਿ ਵੀ 400ਵਾਂ ਸਾਲ ਜਿਹੜਾ ਗੁਰੂ ਮਹਾਰਾਜ ਜੀ ਦਾ ਹੈਗਾ ਉਹ ਕਿਵੇਂ ਮਨਾਉਣਾ ਹੈ ਅਤੇ ਅਸੀਂ ਸੰਗਤ ਕੋਲ ਗਏ ਸੀ ਔਨਲਾਈਨ ਆਫਲਾਈਨ ਸੁਝਾਵ ਲਿੱਤੇ ਉਹ ਸੁਝਾਵਾਂ ਦਾ ਜਿਹੜੇ ਮੇਨ ਸੁਝਾਵ ਸੀ ਅਸੀਂ ਸ਼ਾਰਟਲਿਸਟ ਕੀਤੇ ਉਹ ਸੁਝਾਵ ਅਸੀਂ ਸਰਦਾਰ ਹਰਦੀਪਪੁਰ ਸਿੰਘ ਪੁਰੀ ਜੀ ਸਾਡੇ ਜਿਹੜੇ ਅਰਬਨ ਡਿਵੈਲਪਮੈਂਟ ਮਿਨਿਸਟਰ ਹੈ ਉਹਨਾਂ ਨੂੰ ਅਸੀਂ ਜਾ ਕੇ ਦਿੱਤੇ ਤਾਂ ਕਿ ਉਹਨਾਂ ਦੇ ਮਾਧਿਅਮ ਇਹ ਸਾਰੇ ਸੁਝਾਵ ਜਿਹੜੇ ਹੈਗੇ ਉਸ ਕਮੇਟੀ ਨੂੰ ਮਿਲਣ ਅਤੇ ਸਰਕਾਰ ਨੂੰ ਵੀ ਇੱਕ ਆਈਡੀਆ ਲੱਗੇ ਕਿ ਕਿਸ ਤਰੀਕੇ ਨਾਲ ਸੰਗਤ ਚਾਹੁੰਦੀ ਹੈ ਕਿ ਗੁਰੂ ਸਾਹਿਬ ਦਾ 400ਵਾਂ ਪ੍ਰਕਾਸ਼ ਪਰਵ ਮਨਾ ਕੀ ਭਾਈ ਮੇਨ ਜਿਹੜੇ ਸੁਝਾਵ ਸਨ ਸੁਝਾਵ ਤਾਂ ਬਹੁਤ ਸਾਰੇ ਚੰਗੇ ਕ੍ਰੀਏਟਿਵ ਸੁਝਾਵ ਆਏ ਸੀਗੇ ਪਰ ਅਸੀਂ ਉਹਨਾਂ ਵਿੱਚ ਸ਼ਾਰਟਲਿਸਟ ਕਰ ਦਿੱਤੇ 6 ਸੁਝਾਵ ਅਤੇ ਉਹਦੇ ਵਿੱਚ ਇੱਕ ਆਇਆ ਸੀ ਕਿ ਵੀ ਸਾਰੇ ਬੁੱਧੀਜੀਵੀ ਇਕੱਠੇ ਹੋਣ ਦਿੱਲੀ 'ਚ ਵੱਡਾ ਸੈਮੀਨਾਰ ਹੋਏ ਸਾਰੇ ਧਰਮ ਦੇ ਲੋਕ ਆਉਣ ਅਤੇ ਗੁਰੂ ਸਾਹਿਬ ਦੇ ਇਤਿਹਾਸ ਦੇ ਬਾਰੇ 'ਚ ਜੋ ਹੈ ਚਰਚਾ ਕੀਤੀ ਜਾਏ ਉਹਨਾਂ ਦੇ ਜਿਹੜਾ ਸੈਕਰੀਫਾਈਸ ਹੋਣ ਦੀ ਚਰਚਾ ਕੀਤੀ ਜਾਏ ਦੂਜਾ ਸੰਸਦ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦਾ ਚਿੱਤਰ ਜਿਹੜਾ ਹੈ ਉਹ ਲਗਾਇਆ ਜਾਏ ਉਹ ਲੋਕਾਂ ਨੇ ਕਿਹਾ ਗਜ਼ਟਿਡ ਹੌਲੀਡੇ ਦੀ ਵੀ ਡਿਮਾਂਡ ਜਿਹੜੀ ਹੈਗੀ ਲੋਕਾਂ ਨੇ ਕੀਤੀ ਚਾਨੀ ਚੌਕ ਸਟੇਸ਼ਨ ਦਾ ਨਾਂ ਗੁਰੂ ਤੇਗ ਬਹਾਦਰ ਸਟੇਸ਼ਨ ਰੱਖਿਆ ਜਾਏ ਉਹ ਵੀ ਲੋਕਾਂ ਨੇ ਸੁਝਾਵ ਰੱਖਿਆ ਜਿਹੜਾ ਅਸੀਂ ਸਰਕਾਰ ਨੂੰ ਦਿੱਤਾ ਉਸ ਦੇ ਨਾਲ ਸਾਰਾ ਦਾ ਸਾਰਾ ਜਿਹੜਾ ਇਤਿਹਾਸ ਹੈ ਗੁਰੂ ਸਾਹਿਬ ਦਾ ਉਹ ਭਾਰਤ ਦੀ ਸਾਰੀ ਲੈਂਗੁਏਜ 'ਚ ਜਿਹੜਾ ਹੈਗਾ ਅਨੁਵਾਦ ਹੋਏ ਤਾਂ ਕਿ ਸਭ ਲੋਕ ਉਹਨੂੰ ਪੜ੍ਹ ਸਕਣ ਇਹ ਇੱਕ ਸੁਝਾਵ ਸੀਗਾ ਜੋ ਬੜਾ ਕ੍ਰੀਏਟਿਵ ਸੁਝਾਵ ਲੋਕਾਂ ਨੇ ਦਿੱਤਾ ਅਤੇ ਨਾਲੇ ਉਹਨਾਂ ਦੇ ਇਤਿਹਾਸ ਨੂੰ ਲੈ ਕੇ ਇੱਕ ਦਿੱਲੀ 'ਚ ਵੱਡਾ ਮਿਊਜ਼ੀਅਮ ਬਣੇ ਉਸ ਮਿਊਜ਼ੀਅਮ ਵਿੱਚ ਜਿਵੇਂ ਸ਼ੋਅ ਹੁੰਦੇ ਨੇ ਲਾਈਵ ਇੱਕ ਤਰੀਕੇ ਦਾ ਹਿਸਟਰੀ ਹੁੰਦੀ ਹੈ ਤਾਂ ਕਿ ਜਿਹੜੀ ਯੰਗ ਜਨਰੇਸ਼ਨ ਹੈ ਯੁਵਾ ਵਰਗ ਹੈਗਾ ਬੱਚੇ ਹੈਗੇ ਨੇ ਉਹ ਆ ਕੇ ਦੇਖ ਸਕਣ ਉਸ ਮਿਊਜ਼ੀਅਮ ਨੂੰ ਅਤੇ ਉਹ ਗੁਰੂ ਸਾਹਿਬ ਦੇ ਇਤਿਹਾਸ ਨੂੰ ਸਿੱਖ ਸਕਣ ਭਾਈ ਹਰਦੀਪਪੁਰੀ ਜੀ ਨਾਲ ਮੁਲਾਕਾਤ ਹੋਈ ਹੈ ਕੀ ਮਕਸਦ ਰਿਹਾ ਮਿਲਣ ਦਾ ਅਸੀਂ ਅਕਤੂਬਰ ਵਿੱਚ ਜਿਹੜੀ ਸਰਕਾਰ ਦੀ ਕਮੇਟੀ ਬਣੀ ਸੀਗੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਵੀ ਹੈਗੇ ਨੇ ਮਨਮੋਹਨ ਸਿੰਘ ਜੀ ਵੀ ਸਦੱਸ ਹੈਗੇ ਨੇ ਬਾਕੀ 5 ਮੈਂਬਰ ਹੋਰ ਹੈਗੇ ਨੇ ਉਹ ਸਮਿਤੀ ਨੇ ਤੈਅ ਕਰਨਾ ਸੀ ਕਿ ਵੀ 400ਵਾਂ ਸਾਲ ਜਿਹੜਾ ਗੁਰੂ ਮਹਾਰਾਜ ਜੀ ਦਾ ਹੈਗਾ ਉਹ ਕਿਵੇਂ ਮਨਾਉਣਾ ਹੈ ਅਤੇ ਅਸੀਂ ਸੰਗਤ ਕੋਲ ਗਏ ਸੀ ਔਨਲਾਈਨ ਆਫਲਾਈਨ ਸੁਝਾਵ ਲਿੱਤੇ ਉਹ ਸੁਝਾਵਾਂ ਦਾ ਜਿਹੜੇ ਮੇਨ ਸੁਝਾਵ ਸੀ ਅਸੀਂ ਸ਼ਾਰਟਲਿਸਟ ਕੀਤੇ ਉਹ ਸੁਝਾਵ ਅਸੀਂ ਸਰਦਾਰ ਹਰਦੀਪਪੁਰ ਸਿੰਘ ਪੁਰੀ ਜੀ ਸਾਡੇ ਜਿਹੜੇ ਅਰਬਨ ਡਿਵੈਲਪਮੈਂਟ ਮਿਨਿਸਟਰ ਹੈ ਉਹਨਾਂ ਨੂੰ ਅਸੀਂ ਜਾ ਕੇ ਦਿੱਤੇ ਤਾਂ ਕਿ ਉਹਨਾਂ ਦੇ ਮਾਧਿਅਮ ਇਹ ਸਾਰੇ ਸੁਝਾਵ ਜਿਹੜੇ ਹੈਗੇ ਉਸ ਕਮੇਟੀ ਨੂੰ ਮਿਲਣ ਅਤੇ ਸਰਕਾਰ ਨੂੰ ਵੀ ਇੱਕ ਆਈਡੀਆ ਲੱਗੇ ਕਿ ਕਿਸ ਤਰੀਕੇ ਨਾਲ ਸੰਗਤ ਚਾਹੁੰਦੀ ਹੈ ਕਿ ਗੁਰੂ ਸਾਹਿਬ ਦਾ 400ਵਾਂ ਪ੍ਰਕਾਸ਼ ਪਰਵ ਮਨਾ ਕੀ ਭਾਈ ਮੇਨ ਜਿਹੜੇ ਸੁਝਾਵ ਸਨ ਸੁਝਾਵ ਤਾਂ ਬਹੁਤ ਸਾਰੇ ਚੰਗੇ ਕ੍ਰੀਏਟਿਵ ਸੁਝਾਵ ਆਏ ਸੀਗੇ ਪਰ ਅਸੀਂ ਉਹਨਾਂ ਵਿੱਚ ਸ਼ਾਰਟਲਿਸਟ ਕਰ ਦਿੱਤੇ 6 ਸੁਝਾਵ ਅਤੇ ਉਹਦੇ ਵਿੱਚ ਇੱਕ ਆਇਆ ਸੀ ਕਿ ਵੀ ਸਾਰੇ ਬੁੱਧੀਜੀਵੀ ਇਕੱਠੇ ਹੋਣ ਦਿੱਲੀ 'ਚ ਵੱਡਾ ਸੈਮੀਨਾਰ ਹੋਏ ਸਾਰੇ ਧਰਮ ਦੇ ਲੋਕ ਆਉਣ ਅਤੇ ਗੁਰੂ ਸਾਹਿਬ ਦੇ ਇਤਿਹਾਸ ਦੇ ਬਾਰੇ 'ਚ ਜੋ ਹੈ ਚਰਚਾ ਕੀਤੀ ਜਾਏ ਉਹਨਾਂ ਦੇ ਜਿਹੜਾ ਸੈਕਰੀਫਾਈਸ ਹੋਣ ਦੀ ਚਰਚਾ ਕੀਤੀ ਜਾਏ ਦੂਜਾ ਸੰਸਦ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦਾ ਚਿੱਤਰ ਜਿਹੜਾ ਹੈ ਉਹ ਲਗਾਇਆ ਜਾਏ ਉਹ ਲੋਕਾਂ ਨੇ ਕਿਹਾ ਗਜ਼ਟਿਡ ਹੌਲੀਡੇ ਦੀ ਵੀ ਡਿਮਾਂਡ ਜਿਹੜੀ ਹੈਗੀ ਲੋਕਾਂ ਨੇ ਕੀਤੀ ਚਾਨੀ ਚੌਕ ਸਟੇਸ਼ਨ ਦਾ ਨਾਂ ਗੁਰੂ ਤੇਗ ਬਹਾਦਰ ਸਟੇਸ਼ਨ ਰੱਖਿਆ ਜਾਏ ਉਹ ਵੀ ਲੋਕਾਂ ਨੇ ਸੁਝਾਵ ਰੱਖਿਆ ਜਿਹੜਾ ਅਸੀਂ ਸਰਕਾਰ ਨੂੰ ਦਿੱਤਾ ਉਸ ਦੇ ਨਾਲ ਸਾਰਾ ਦਾ ਸਾਰਾ ਜਿਹੜਾ ਇਤਿਹਾਸ ਹੈ ਗੁਰੂ ਸਾਹਿਬ ਦਾ ਉਹ ਭਾਰਤ ਦੀ ਸਾਰੀ ਲੈਂਗੁਏਜ 'ਚ ਜਿਹੜਾ ਹੈਗਾ ਅਨੁਵਾਦ ਹੋਏ ਤਾਂ ਕਿ ਸਭ ਲੋਕ ਉਹਨੂੰ ਪੜ੍ਹ ਸਕਣ ਇਹ ਇੱਕ ਸੁਝਾਵ ਸੀਗਾ ਜੋ ਬੜਾ ਕ੍ਰੀਏਟਿਵ ਸੁਝਾਵ ਲੋਕਾਂ ਨੇ ਦਿੱਤਾ ਅਤੇ ਨਾਲੇ ਉਹਨਾਂ ਦੇ ਇਤਿਹਾਸ ਨੂੰ ਲੈ ਕੇ ਇੱਕ ਦਿੱਲੀ 'ਚ ਵੱਡਾ ਮਿਊਜ਼ੀਅਮ ਬਣੇ ਉਸ ਮਿਊਜ਼ੀਅਮ ਵਿੱਚ ਜਿਵੇਂ ਸ਼ੋਅ ਹੁੰਦੇ ਨੇ ਲਾਈਵ ਇੱਕ ਤਰੀਕੇ ਦਾ ਹਿਸਟਰੀ ਹੁੰਦੀ ਹੈ ਤਾਂ ਕਿ ਜਿਹੜੀ ਯੰਗ ਜਨਰੇਸ਼ਨ ਹੈ ਯੁਵਾ ਵਰਗ ਹੈਗਾ ਬੱਚੇ ਹੈਗੇ ਨੇ ਉਹ ਆ ਕੇ ਦੇਖ ਸਕਣ ਉਸ ਮਿਊਜ਼ੀਅਮ ਨੂੰ ਅਤੇ ਉਹ ਗੁਰੂ ਸਾਹਿਬ ਦੇ ਇਤਿਹਾਸ ਨੂੰ ਸਿੱਖ ਸਕਣ ਭਾਈ ਹਰਦੀਪਪੁਰੀ ਜੀ ਨਾਲ ਮੁਲਾਕਾਤ ਹੋਈ ਹੈ ਕੀ ਮਕਸਦ ਰਿਹਾ ਮਿਲਣ ਦਾ ਅਸੀਂ ਅਕਤੂਬਰ ਵਿੱਚ ਜਿਹੜੀ ਸਰਕਾਰ ਦੀ ਕਮੇਟੀ ਬਣੀ ਸੀਗੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਵੀ ਹੈਗੇ ਨੇ ਮਨਮੋਹਨ ਸਿੰਘ ਜੀ ਵੀ ਸਦੱਸ ਹੈਗੇ ਨੇ ਬਾਕੀ 5 ਮੈਂਬਰ ਹੋਰ ਹੈਗੇ ਨੇ ਉਹ ਸਮਿਤੀ ਨੇ ਤੈਅ ਕਰਨਾ ਸੀ ਕਿ ਵੀ 400ਵਾਂ ਸਾਲ ਜਿਹੜਾ ਗੁਰੂ ਮਹਾਰਾਜ ਜੀ ਦਾ ਹੈਗਾ ਉਹ ਕਿਵੇਂ ਮਨਾਉਣਾ ਹੈ ਅਤੇ ਅਸੀਂ ਸੰਗਤ ਕੋਲ ਗਏ ਸੀ ਔਨਲਾਈਨ ਆਫਲਾਈਨ ਸੁਝਾਵ ਲਿੱਤੇ ਉਹ ਸੁਝਾਵਾਂ ਦਾ ਜਿਹੜੇ ਮੇਨ ਸੁਝਾਵ ਸੀ ਅਸੀਂ ਸ਼ਾਰਟਲਿਸਟ ਕੀਤੇ ਉਹ ਸੁਝਾਵ ਅਸੀਂ ਸਰਦਾਰ ਹਰਦੀਪਪੁਰ ਸਿੰਘ ਪੁਰੀ ਜੀ ਸਾਡੇ ਜਿਹੜੇ ਅਰਬਨ ਡਿਵੈਲਪਮੈਂਟ ਮਿਨਿਸਟਰ ਹੈ ਉਹਨਾਂ ਨੂੰ ਅਸੀਂ ਜਾ ਕੇ ਦਿੱਤੇ ਤਾਂ ਕਿ ਉਹਨਾਂ ਦੇ ਮਾਧਿਅਮ ਇਹ ਸਾਰੇ ਸੁਝਾਵ ਜਿਹੜੇ ਹੈਗੇ ਉਸ ਕਮੇਟੀ ਨੂੰ ਮਿਲਣ ਅਤੇ ਸਰਕਾਰ ਨੂੰ ਵੀ ਇੱਕ ਆਈਡੀਆ ਲੱਗੇ ਕਿ ਕਿਸ ਤਰੀਕੇ ਨਾਲ ਸੰਗਤ ਚਾਹੁੰਦੀ ਹੈ ਕਿ ਗੁਰੂ ਸਾਹਿਬ ਦਾ 400ਵਾਂ ਪ੍ਰਕਾਸ਼ ਪਰਵ ਮਨਾ ਕੀ ਭਾਈ ਮੇਨ ਜਿਹੜੇ ਸੁਝਾਵ ਸਨ ਸੁਝਾਵ ਤਾਂ ਬਹੁਤ ਸਾਰੇ ਚੰਗੇ ਕ੍ਰੀਏਟਿਵ ਸੁਝਾਵ ਆਏ ਸੀਗੇ ਪਰ ਅਸੀਂ ਉਹਨਾਂ ਵਿੱਚ ਸ਼ਾਰਟਲਿਸਟ ਕਰ ਦਿੱਤੇ 6 ਸੁਝਾਵ ਅਤੇ ਉਹਦੇ ਵਿੱਚ ਇੱਕ ਆਇਆ ਸੀ ਕਿ ਵੀ ਸਾਰੇ ਬੁੱਧੀਜੀਵੀ ਇਕੱਠੇ ਹੋਣ ਦਿੱਲੀ 'ਚ ਵੱਡਾ ਸੈਮੀਨਾਰ ਹੋਏ ਸਾਰੇ ਧਰਮ ਦੇ ਲੋਕ ਆਉਣ ਅਤੇ ਗੁਰੂ ਸਾਹਿਬ ਦੇ ਇਤਿਹਾਸ ਦੇ ਬਾਰੇ 'ਚ ਜੋ ਹੈ ਚਰਚਾ ਕੀਤੀ ਜਾਏ ਉਹਨਾਂ ਦੇ ਜਿਹੜਾ ਸੈਕਰੀਫਾਈਸ ਹੋਣ ਦੀ ਚਰਚਾ ਕੀਤੀ ਜਾਏ ਦੂਜਾ ਸੰਸਦ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦਾ ਚਿੱਤਰ ਜਿਹੜਾ ਹੈ ਉਹ ਲਗਾਇਆ ਜਾਏ ਉਹ ਲੋਕਾਂ ਨੇ ਕਿਹਾ ਗਜ਼ਟਿਡ ਹੌਲੀਡੇ ਦੀ ਵੀ
डिमांड जी है लोगों ने की चांदनी चौक स्टेशन का नाँ गुरु तेग बहादुर स्टेशन रखा जाए वह भी लोगों ने सुझाव रखिया जिहड़ा असी सरकार नूं दित्ता उस दे नाल सारा दा सारा जिहड़ा इतिहास है गुरु साहब का वह भारत की सारी लैंग्वेज जिहड़ा है अनुवाद होए ताकि सब लोग उन्हूं पढ़ सकन यह एक सुझाव सीगा जो बड़ा क्रिएटिव सुझाव लोगों ने दिता ते नाले उन्हां दे इतिहास नूं लैके एक दिल्ली वड्डा म्यूजियम बने उस म्यूजियम जिवें शो होंदे ने लाइव एक तरीके का हिस्टरी होंदी है ताकि जिहड़ी यंग जनरेशन है युवा वर्ग हैगा बच्चे हैगे ने वह आके देख सकन उस म्यूजियम में ते वह गुरु साहब के इतिहास को सीख सकन। भाई हरदीपपुरी जी नाल मुलाकात हुई है की मकसद रहा मिलदा असी अक्टूबर जी सरकार की कमेटी बनी सी जिंदे प्रधानमंत्री जी भी है मनमोहन सिंह जी भी सदस्य है बाकी पांच मैंबर होर है वो समिति ने तय करना सी कि 400वां साल जिहड़ा गुरु महाराज जी का है वह किवें मनाना है तो असी संगत को गए सी ऑनलाइन ऑफलाइन सुझाव लिते वो सुझावों का जिहड़े मेन सुझाव से असी शॉर्टलिस्ट किए वो सुझाव असी सरदार हरदीपपुर सिंह पुरी जी साढ़े जिहड़े अर्बन डिवेलपमेंट मिनिस्टर है उन्होंने असी जाके दिते ताकि उन्होंने माध्यम यह सारे सुझाव जिहड़े है उस कमेटी को मिलन तो सरकार नू भी एक आइडिया लगे कि किस तरीके नाल संगत चाहती है कि गुरु साहब का 400वां प्रकाश पर्व मना की भाई मेन जो सुझाव सन सुझाव तो बहुत सारे चंगे क्रिएटिव सुझाव आए थे पर असी उन्हें शॉर्टलिस्ट कर दिते छे सुझाव तो उन्हें एक आया कि भी सारे बुद्धिजीवी इकट्ठे हो दिल्ली वड्डा सैमीनार होए सारे धर्म के लोग आन तो गुरु साहब के इतिहास के बारे जो है चर्चा की जाए उन्होंने जो सैक्रीफाइस उनकी चर्चा की जाए दूजा संसद के अंदर गुरु तेग बहादुर जी का चित्र जिहड़ा है वो लगाया जाए वो लोगों ने कहा गजटेड हॉलीडे की भी डिमांड जिहड़ी हैगी लोगों ने की चांदनी चौक स्टेशन का नाँ गुरु तेग बहादुर स्टेशन रखा जाए वह भी लोगों ने सुझाव रखिया जिहड़ा असी सरकार नूं दित्ता उस दे नाल सारा दा सारा जिहड़ा इतिहास है गुरु साहब का वह भारत की सारी लैंग्वेज जिहड़ा है अनुवाद होए ताकि सब लोग उन्हूं पढ़ सकन यह एक सुझाव सीगा जो बड़ा क्रिएटिव सुझाव लोगों ने दिता तो नाले उन्हां दे इतिहास नूं लैके एक दिल्ली वड्डा म्यूजियम बने उस म्यूजियम जिवें शो होंदे ने लाइव एक तरीके का हिस्टरी होंदी है ताकि जिहड़ी यंग जनरेशन है युवा वर्ग हैगा बच्चे हैगे ने वह आके देख सकन उस म्यूजियम में तो वह गुरु साहब के इतिहास को सीख सकन। भाई हरदीपपुरी जी नाल मुलाकात हुई है की मकसद रहा मिलदा असी अक्टूबर जी सरकार की कमेटी बनी सी जिंदे इच प्रधानमंत्री जी भी है मनमोहन सिंह जी भी सदस्य है बाकी पांच मैंबर होर है वो समिति ने तय करना सी कि 400वां साल जिहड़ा गुरु महाराज जी का है वह किवें मनाना है तो असी संगत को गए सी ऑनलाइन ऑफलाइन सुझाव लिते वो सुझावों का जिहड़े मेन सुझाव से असी शॉर्टलिस्ट किए वो सुझाव असी सरदार हरदीपपुर सिंह पुरी जी साढ़े जिहड़े अर्बन डिवेलपमेंट मिनिस्टर है उन्होंने असी जाके दिते ताकि उन्होंने माध्यम यह सारे सुझाव जिहड़े है उस कमेटी को मिलन तो सरकार नू भी एक आइडिया लगे कि किस तरीके नाल संगत चाहती है कि गुरु साहब का 400वां प्रकाश पर्व मनाए की भाई मेन जो सुझाव सन सुझाव तो बहुत सारे चंगे क्रिएटिव सुझाव आए थे पर असी उन्हें शॉर्टलिस्ट कर दिते छे सुझाव तो उन्हें एक आया कि भी सारे बुद्धिजीवी इकट्ठे हो दिल्ली वड्डा सैमीनार होए सारे धर्म के लोग आन तो गुरु साहब के इतिहास के बारे जो है चर्चा की जाए उन्होंने जो सैक्रीफाइस उनकी चर्चा की जाए दूजा संसद के अंदर गुरु तेग बहादुर जी का चित्र जिहड़ा है वो लगाया जाए वो लोगों ने कहा गजटेड हॉलीडे की भी डिमांड जिहड़ी हैगी लोगों ने की चांदनी चौक स्टेशन का नाँ गुरु तेग बहादुर स्टेशन रखा जाए वह भी लोगों ने सुझाव रखिया जिहड़ा असी सरकार नूं दित्ता उस दे नाल सारा दा सारा जिहड़ा इतिहास है गुरु साहब का वह भारत की सारी लैंग्वेज जिहड़ा है अनुवाद होए ताकि सब लोग उन्हूं पढ़ सकन यह एक सुझाव सीगा जो बड़ा क्रिएटिव सुझाव लोगों ने दिता तो नाले उन्हां दे इतिहास नू लैके एक दिल्ली वड्डा म्यूजियम बने उस म्यूजियम जिवें शो होंदे ने लाइव एक तरीके का हिस्टरी होंदी है ताकि जिहड़ी यंग जनरेशन है युवा वर्ग हैगा बच्चे हैगे ने वह आके देख सकन उस म्यूजियम में तो वह गुरु साहब के इतिहास को सीख सकन।